ਮੈਨੂੰ ਵੀ ਅੱਜ ਹੀ ਪਤਾ ਲੱਗਾ ਹਨ ਅੱਗੇ ਕਦੀ ਫੇਰਿਆ ਨਹੀਂ ਹਨ ਬੰਦ ਕੇ ਖਾਣਾ ਚਾਹੀਦਾ ਜਿੱਦਾਂ ਦੀਨ ਮੈਨੂੰ ਦਿੱਤੀ ਇੱਕ ਟੁਕੜੀ ਐਦਾਂ ਕੰਮ ਕਰਿਆ ਕਰੋ ਖੁਸ਼ ਹੋ ਕੇ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜਾਨ ਕੇ ਸੰਘਾ ਫੈਮਿਲੀ ਵੱਲੋਂ ਅੱਜ ਦਾ ਆਪਣਾ ਬਲੌਗ ਹੋਣ ਜਾ ਰਿਹਾ ਹੈ ਕਿ ਅੱਜ ਹੈਗੀ ਆ ਮਾਘੀ ਤੇ ਅਸੀਂ ਚੱਲੇ ਹਾਂ ਗੁਰਦੁਆਰੇ ਮੱਥਾ ਟੇਕਣ ਅਤੇ ਗੁਰਦੁਆਰੇ ਮੱਥਾ ਟੇਕ ਕੇ ਤੇ ਫਿਰ ਅਸੀਂ ਆਪਣੇ ਕੰਮੀ ਧੰਦੀ ਲੱਗਣਾ ਵਾ ਅਤੇ ਬਾਕੀ ਗੱਲ ਇਹ ਆ ਵੀ ਜਿਹੜਾ ਮਾਘੀ ਦਾ ਦਿਨ ਚੜ੍ਹਿਆ ਬਹੁਤ ਸੋਹਣਾ ਸਾਰਿਆਂ ਨੇ ਇਹ ਆਵੇ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਤੰਦਰੁਸਤੀ ਨੂੰ ਵੱਡੀ ਚੀਜ਼ ਕੋਈ ਨਹੀਂ ਹੈਗੀ ਜਿਹੜੇ ਕੱਲ੍ਹ ਲੋਹੜੀ ਦੇ ਪੈਸੇ ਸੀ ਅੱਜ ਆਪਾਂ ਲੈ ਆਉਣੀ ਡੋਰ ਤੇ ਪਤੰਗ ਤੇ ਚੜਾਉਣੇ ਆ ਪਤੰਗ ਉਹ ਹੋਰ ਵੀ ਕੱਲੀ ਡੋਰ ਨਹੀਂ ਹੋਰ ਕੀ ਖਰੀਦਣਾ ਬਸ ਡੋਰ ਤੇ ਪਤੰਗ ਤੇ ਉਹ ਜਿਹੜਾ ਤੂੰ ਕਹਿੰਦਾ ਸੀ ਕਾਪੀਆਂ ਕਿਤਾਬਾਂ ਆਹ ਕਾਪੀਆਂ ਗਾਈਡ ਵੀ ਖਰੀਦਣੀਆਂ ਹੁਣ ਪੇਪਰ ਆ ਗਏ ਕਾਪੀਆਂ ਤਾਂ ਬਣਾਈਆਂ ਨਹੀਂ 16 ਤਰੀਕ ਤੋਂ ਇਹਦੇ ਪੇਪਰ ਸਟਾਰਟ ਆ ਦੇਖਦੇ ਆ ਕੀ ਕਰਦੇ ਪ੍ਰੀ ਬੋਰਡ ਆ ਹਜੇ ਬੋਰਡ ਨਹੀਂ ਆ ਪ੍ਰੀ ਬੋਰਡ ਆ ਚਲੋ ਠੀਕ ਆ ਹੁਣ ਆਪਾਂ ਗੁਰਦੁਆਰੇ ਚੱਲੀਏ ਫੇ ਆਪਾਂ ਚੜਾਉਣੇ ਪਤੰਗ 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 ਲਾਈਏ ਬੀਬੀ ਵੀ ਚੱਲੇ ਸਾਡੇ ਨਾਲ ਬੀਬੀ ਕਿੱਥੇ ਚੱਲੇ ਹਾਂ ਜਾਣਾ ਕਿੱਥੇ ਚੱਲੇ ਅਸੀਂ ਗੁਰਦੁਆਰੇ ਚੱਲੇ ਬਾਬੇ ਦਾ ਨਾਂ ਲੈਣ ਬਾਬੇ ਦੇ ਮੱਥਾ ਟੇਕਣ ਚੱਲੇ ਆ ਕਿਉਂਕਿ ਫਿਰ ਮੁੜ ਕੇ ਆਣ ਕੇ ਨਾ ਜੀ ਵੀ ਜਾਣਾ ਵਾ ਆ ਜਾਓਗੇ ਅਸੀਂ ਗੁਰਦੁਆਰੇ ਚੱਲੇ ਮੱਥਾ ਟੇਕਣ ਬੀਬੀ ਦਾ ਹੱਥ ਜੋੜਨ ਲਾ ਪੈਂਦੀ ਸਾਡੀ ਸਤਿ ਸ੍ਰੀ ਅਕਾਲ ਕਰਦੀ ਸਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵਾਂ ਨਵਾਂ ਸਾਲ ਵਧੀਆ ਨਵਾਂ ਸਾਲ ਨਹੀਂ ਲੋਹੜੀ ਲੋਹੜੀ ਨਵਾਂ ਸਾਲ ਨਹੀਂ ਜਾਂਦਾ ਲੋਹੜੀ ਵਾਲਾ ਕੁੱਤੇ ਦੇਖ ਲਓ ਕਿੱਦਾਂ ਕੂਕੀ ਨੀਂਦੇ ਸੁੱਤੇ ਪਏ ਆ ਅੱਜ ਧੁੱਪ ਨਿਕਲੀ ਆਪਾਂ ਆ ਗਏ ਗੁਰਦੁਆਰੇ ਬਾਬਾ ਕਾਨ ਦਾਸ ਹੁਣ ਟੇਕੀਏ ਮੱਥਾ ਚਲੋ हथ वड हो जाने भी आदे कद चमकन डेया दिखाओ पतंग दिखाओ ਕਿੰਨੇ ਸੋਹਣੇ ਆ ਜਿਆਦੀ ਹਵਾ ਦੇ ਛੋਟੇ ਲਿਆਉਣੇ ਚਾਹੀਦੇ ਆ ਇਹ ਹੈਗਾ ਸਿੱਧੂ ਮੂਸੇ ਵਾਲਾ ਆ ਗਿਆ ਅੱਛਾ ਕੈਨੇਡਾ ਲਵਰ ਇਦਾਂ ਰੱਖੋ ਤਾਂ ਪਤੰਗ ਇਦਾਂ ਹਾਂ ਜੀ ਕੈਨੇਡਾ ਕੈਨੇਡਾ ਬਾਕੀ ਬਲੂ ਆ ਸਾਰੇ ਹੈਪੀ ਨਿਊ ਇਅਰ ਵਾਲੇ ਹੀ ਆ ਸਾਰੇ ਹਨਾ ਇਹ ਹੈ ਨਹੀਂ ਚੁਣ ਕੇ ਲਿਆ ਆ ਕਿ ਉਹਨਾਂ ਨੇ ਤੈਨੂੰ ਦਿੱਤੇ ਹੀ ਇਹ ਉਹਨਾਂ ਦਿੱਤੇ ਮੈਂ ਚੁਣ ਕੇ ਤਾਂ ਬਦਲ ਬਦਲ ਮੈਂ ਲੈ ਕੇ ਆਉਣੇ ਨੇ ਉੱਥੇ ਮਤਲਬ ਗਿਆ ਹੈ ਉੱਥੇ ਪੁਲਿਸ ਆ ਗਈ ਕਿਉਂਕਿ ਇਹ ਦੋਰ ਨੂੰ ਤੁਹਾਨੂੰ ਪਤਾ ਚਾਈਨਾ ਵਾਲੀ ਨੂੰ ਫਾੜੀ ਆ ਪੁਲਿਸ ਆ ਗਈ ਫਿਰ ਉੱਥੇ ਭੱਜਿਆ ਨਹੀਂ ਤੇ ਉੱਥੇ ਬਲੌਗ ਬਣਾਉਣਾ ਸੀ ਐਰੀ ਵਿੱਚ ਨਹੀਂ ਬਲੌਗ ਬਣ ਚੱਲਾ ਸੀ ਇਹਦਾ ਇਹ ਚਾਈਨਾ ਦੇ ਦੋਰ ਦਾ ਬੰਦ ਕਰਨੀ ਐਰੀ ਨੇ ਲੋੜੀ ਮੰਗੀ ਆ ਨਿਆਣੇ ਕਰਦੇ ਆ ਰੀਲਾਂ ਹੁਣ ਜਿਹੜੀਆਂ ਦੂਸਰੀ ਡੋਰ ਪੁਰਾਣੀਆਂ ਸੀ ਚੜਾ ਦਿਓ ਵਧੀਆ ਸਮਾਂ ਤੇ ਹੁਣ ਗੱਲ ਇਹ ਆ ਵੀ ਪੂਰੀ ਬੰਦ ਹੋ ਗਈ ਹੁਣ ਜੇ ਦੂਸਰੀ ਲਿਆ ਵੇ ਡਿੱਗੀ ਹੋਵੇ ਹਾਏ ਫੇਰ ਗਲਤ ਗੱਲ ਏ ਬੰਦ ਹੋਣੀ ਚਾਹੀਦੀ ਚਾਈਨਾ ਡੋਰ ਫੇ ਮੈਂ ਇਸ ਚਾਈਨਾ ਡੋਰ ਦਾ ਸਰਪ੍ਰਾਸ ਕੀ ਕਹਿੰਦੇ ਹੁੰਦੇ ਆ ਕੀ ਕਰਦੇ ਆ ਬਰਸ਼ਕਾਰ ਕਰਦਾ ਬੇ ਬਸ਼ਿਕਾਰ ਕਰਦਾ ਉਹ ਦੇਖੋ ਓਏ ਦੇਖੀ ਉਹਨੇ ਗੱਟੂ ਲਿਆਂਦਾ ਆ ਐ ਦੇਖੀ ਅਸੀਂ ਚਾਈਨਾ ਡੋਰ ਘਰ ਨਹੀਂ ਬਣਦੇ
ਹੁਣ ਥੋੜੇ ਕਚਿਆਰ ਨੂੰ ਦੇਖੋ ਇਹਨਾਂ ਨੇ ਚੜਾਉਣ ਡਿਆ ਹੁਣ ਇਸੇ ਗੱਟੂ ਦੇ ਨਾਲ ਪਤੰਗ। ਤੂੰ ਦੋ ਲੈ ਕੇ ਆਇਆ? ਅੱਛਾ ਚਲੋ ਠੀਕ ਆ, ਫਿਰ ਚੜਾ ਲਓ ਪਤੰਗ। ਹੁਣ ਦੇਖਿਆ ਕਿਹਾ ਸੀ ਨਾ ਮੈਂ ਬਈ ਚੜਾਉਣੀ, ਫੇਰ ਵੀ ਇਹਨਾਂ ਨੇ ਆ ਡੋਰ ਨੂੰ ਵਰਚਕਾਰ ਕਰ ਕੀ ਕੀਤਾ। ਹਵਾ ਬਹੁਤ ਜ਼ਿਆਦਾ ਤੇਜ਼ ਵਗਦੀ ਆ, ਇਹ ਡੋਰ ਨਾਲ ਤਾਂ ਹੱਥ ਵੀ ਵੱਢ ਹੋਊਗਾ ਫਿਰ ਤਾਂ, ਹੈ ਨਾ। ਇਹ ਤਾਂ ਰੰਗ ਕਿੰਨਾ ਲੈਂਦਾ ਆ, ਚਲੋ ਚੱਲੀਏ ਫਿਰ ਕਰਦੇ। ਪਰ ਕੱਲ ਨੂੰ ਤੈਨੂੰ ਆਪਣੇ ਯਾਰ ਅੱਜ ਹਵਾ ਬਹੁਤ ਤੇਜ਼ ਆ, ਕੋਈ ਮੋਰੇ ਪਤੰਗ ਨਹੀਂ ਚੜਦਾ, ਕੱਲ ਨੂੰ ਪਤੰਗਾਂ ਦਾ ਕਾਈਟ ਬਲੌਗ ਬਣਾਵਾਂਗੇ। ਓਕੇ ਨਾਲੇ ਆਪ ਲਿਆਉਂਗਾ ਪਤੰਗ। ਆ ਵਧੀਆ ਕੰਮ ਤੁਹਾਡਾ, ਆਰਾਮ ਨਾਲ ਰੋਜ਼। ਇਹ ਵੀ ਤੁਹਾਨੂੰ ਵੀ ਉਡੀਕਦੇ ਹੁੰਦੇ ਰੋਟੀ ਖਾਣ ਨੂੰ ਕਿ ਨਹੀਂ? ਛੋਟੀ ਛੋਟੀ ਪਾਵੇ ਫਿਰ ਵੰਡ ਵੀ ਆ ਜਾਂਦੀ ਹੈ। ਨਹੀਂ ਤਾਂ ਲੜਦੇ ਬਹੁਤ ਆ ਫਿਰ ਆਪਸ 'ਚ ਇਹ। ਇਹਨਾਂ ਨੇ ਭੱਜੇ ਹੋਣਾ ਜਦੋਂ ਮੋਟਰਸਾਈਕਲ ਆਇਆ ਹੋਣਾ। ਲੈ ਫੇਰ ਆ ਗਿਆ ਇੱਧਰ ਨੂੰ। ਤੂੜੀ ਭਰ ਦਿੰਦੇ ਪੱਠਿਆਂ ਵਾਲੇ ਉਹ ਚ ਤੁਹਾਡੇ, ਜਿੱਥੇ ਪੱਠੇ ਕੁਤਰਦੇ। ਚਲੋ ਹੁਣ ਸ਼ਾਮ ਨੂੰ ਦੁੱਧ ਪਾ ਦਾਂਗੇ। ਆ ਕੱਲ ਆਪਣੀ ਖੁੱਲ ਗਈ ਕੱਟੀ, ਦੇਖ ਕਦਾਂ ਪੱਲੜ ਪਾਰ ਦਿੱਤਾ। ਹੋਰ ਕੀ, ਇਹ ਦੇਖਿਓ ਨਾ ਕਿੱਦਾਂ ਇਹਨੇ ਪੜ, ਪਹਿਲਾਂ ਆ ਦੇ ਇੱਥੇ ਵੀ ਕੀਤਾ ਪਾੜਿਆ ਵਾ, ਤੇ ਫੇਰ ਉਹ ਰੱਸਾ ਟੁੱਟ ਗਿਆ ਪੱਲੜ ਵਾਲੇ ਦੁਆਲੇ ਸਿਰਾ। ਬੈਠੀਆਂ ਆਰਾਮ ਨਾਲ ਮਜੇ ਨਾਲ, ਲੈ ਲੈ ਬੈਠੀਆਂ ਕਿਹਾ ਹੈ। ਆ ਕਿਹੜਾ ਇਹ ਨਵਾਂ ਤਰੀਕਾ ਪੱਠੇ ਵੱਢਣ ਦਾ, ਕਿਤੇ ਲੱਤ ਹੀ ਨਾ ਵੜਾ ਲਿਓ। ਹੈਂ ਐਂ ਕਰੀ ਜਾਣਾ ਇਹ ਲੱਤ ਥੱਲੇ ਤੇ। ਹਾਂ ਹਾਏ ਦੇਖਿਓ ਮੇਰੀ ਨਾ ਲੱਤ ਨਾਲ ਲੈ ਜਾ ਦਾਤਰ ਦੇ। ਕੰਮ ਵੀ ਕਰੋ ਤੇ ਹਾਸੇ ਹਾਸੇ ਨਾ। ਸਹੀ ਗੱਲ ਆ, ਦੇਖੋ ਕੰਮ ਕਰਨਾ ਹੀ ਪੈਣਾ, ਚਾਹੇ ਹੱਸ ਕੇ ਕਰ ਲਓ ਤੇ ਚਾਹੇ ਰੋ ਕੇ। ਇਸੇ ਲਈ ਜੇ ਤੁਸੀਂ ਹੱਸ ਕੇ ਕੰਮ ਕਰੋਗੇ ਤਾਂ ਵਧੀਆ, ਕਿ ਨਹੀਂ? ਹੱਸ ਕੇ ਕਰੂੰਗਾ ਤਾਂ ਤੁਹਾਨੂੰ ਘਰ ਦੇ ਹੋਰ ਕੰਮ ਦੇਣਗੇ। ਆ ਵੀ ਕਰਦੇ ਆ ਵੀ ਕਰਦੇ ਤੇ ਰੋ ਕੇ ਪਾਣੀ ਆ ਗਿਆ ਪੱਠਿਆਂ ਚ, ਮੋਟਰ ਚੱਲ ਪਈ। ਲਾਗੇ ਹੀ ਉਹ ਲੱਗੇ ਆ ਗੰਨੇ, ਇਹ ਹੋਏ ਆ ਉਦਾਂ ਬੰਦੇ ਚੂਪਣ ਵਾਲੇ ਗੰਨੇ ਕਿ ਨਹੀਂ? ਸਰੋਂ ਕਿੰਨੀ ਸੋਹਣੀ ਲੱਗਦੀ ਹੈ। ਸਰੋਂ ਕਿੰਨੀ ਸੋਹਣੀ ਲੱਗਦੀ ਹੈ ਨਾ ਉਹਦੇ, ਉਹਦੇ ਪਿੱਛੇ ਭਰੀ ਉਹਦੀ ਵੱਢ ਲਿਆ ਵੋ ਵਿੱਚ ਆਰਾਮ ਨਾਲ, ਪਤਾ ਹੀ ਨਾ ਲੱਗਣ ਦਾ ਵਿੱਚੇ ਵਿੱਚੇ ਵੱਢ ਲਾ। ਮੈਂ ਤੁਹਾਡੇ ਲਈ ਇੱਕ ਚੀਜ਼ ਲੈ ਕੇ ਆਈ ਹਾਂ, ਖਾਣੀ? ਹਾਂ ਦੇ, ਡੈਰੀ ਮਿਲਕ ਦਸਾਂ ਵਾਲੀ। ਮੈਂ ਕਿਹਾ ਸ਼ਹਿਰੀ ਇਹ ਚੀਜ਼ ਖਾਣਗੇ ਇਹਦਾ ਹੌਲੀ ਹੌਲੀ ਉਹਨਾਂ ਨੇ ਖਾਣੀ ਟੇਸਟ ਕਰਕੇ ਵੀ ਇਹਦਾ ਕੀ ਟੇਸਟ ਵਾ ਕਿੰਨੀ ਕੁ ਸਵਾਦ ਆ, ਤੇ ਆਪਣੇ ਪਿੰਡਾਂ ਵਾਲੇ ਦਬਾ ਛੱਟ ਅੰਦਰ ਨਗਾ ਦੇਣਗੇ ਹੌਲੀ ਕੌਲੀ
ਉਹ ਜੀਵ ਨੂੰ ਵੀ ਨਹੀਂ ਪਤਾ ਲੱਗਦਾ ਵੀ ਅੰਦਰ ਗਿਆ ਕਹਿਣਾ ਖਾਣੀ ਤਾਂ ਹੈਗੀ ਕਿ ਨਹੀਂ ਏਦਾਂ ਇੰਨਾ ਇੰਨਾ ਨੂੰ ਹੋਣਾ ਚਾਹੀਦਾ ਸਾਡੇ ਢਿੱਡ 'ਚ ਚੱਲ ਜਾਵੇ ਸਵਾਸ ਸਵੂਦ ਦਾ ਨਹੀਂ ਪਤਾ ਹੁੰਦਾ ਜੀਵ ਵੀ ਦੇਖਦੀ ਹੈ ਕਿਹੜੀ ਚੀਜ਼ ਲੰਘ ਗਈ ਮੈਨੂੰ ਪਤਾ ਤਾਂ ਲੱਗਾ ਨਹੀਂ ਵੰਡ ਕੇ ਖਾਣਾ ਚਾਹੀਦਾ ਭਾਵੇਂ ਥੋੜਾ ਹੀ ਦੇਵੇ ਕਿਸੇ ਨੂੰ ਜਿਆਦਾ ਸਾਰਾ ਆਪ ਖਾ ਲੋ ਪਰ ਵੰਡ ਕੇ ਖਾਣਾ ਚਾਹੀਦਾ ਜਿੱਦਾਂ ਹੁਣ ਦੀਨ ਮੈਨੂੰ ਦਿੱਤੀ ਇੱਕ ਟੁਕੜੀ ਬਾਕੀ ਸਾਰੀ ਆਪ ਖਾ ਗਈ ਮੈਂ ਲਿਆਂਦੀ ਮੈਂ ਤੁਹਾਡੇ ਲਈ ਓਦਾਂ ਸਹੀ ਹੈ ਏਦਾਂ ਕੰਮ ਕਰਿਆ ਕਰੋ ਖੁਸ਼ ਹੋ ਕੇ ਨਾਲੇ ਤਾਂ ਕੰਮ ਸੋਹਣਾ ਹੁੰਦਾ ਨਾਲੇ ਦਿਲ ਲੱਗਿਆ ਰਹਿੰਦਾ ਆ ਲਓ ਜੀ ਕਈ ਵੀਰ ਮੇਰੇ ਕਹਿ ਦਿੰਦੇ ਆ ਵੀ ਭਾਬੀ ਨਹੀਂ ਕੰਮ ਕਰਦੀ ਸੰਘਾ ਸਾਹਿਬ ਤੁਸੀਂ ਸਾਰੇ ਦਿਨ ਲੱਗੇ ਰਹਿੰਦੇ ਭਰਾਵਾ ਇੱਦਾਂ ਦੀ ਗੱਲ ਨਹੀਂ ਗੀ ਸਾਰੀ ਸਫਾਈ ਇੱਥੇ ਖੂਹ 'ਤੇ ਆ ਕੇ ਦਿਓ ਸਾਹਿਬ ਹੀ ਕਰਦੀ ਆ ਦਿਓ ਸਾਹਿਬ ਤੁਸੀਂ ਤਾਂ ਝਾੜੂ ਹੀ ਬਹੁਤ ਵਧੀਆ ਫੇਰਦੇ ਆ ਮੈਨੂੰ ਵੀ ਅੱਜ ਹੀ ਪਤਾ ਲੱਗਾ ਹੈ ਨਾ ਅੱਗੇ ਕਦੀ ਫੇਰਿਆ ਨਹੀਂ ਹੈ ਨਾ ਜਦ ਦੇਖਣਾ ਹੀ ਅੱਜ ਆ ਤੇ ਨਹੀਂ ਝੂਠਾ ਤਾਂ ਇਹ ਰੋਜ਼ ਸਫਾਈ ਕਰਦੇ ਆ ਆਹੋ ਇੰਨਾ ਮੈਂ ਆਹ ਤਾਂ ਸਫਾਈ ਕਰਦੀ ਆ ਹਮੇਸ਼ਾ ਜਦੋਂ ਮੈਂ ਆਵਾਂ ਮੈਂ ਝਾੜੂ ਫੇਰ ਕੇ ਜਾਨੀ ਹੁੰਨੀ ਆ ਉਹ ਹੱਥ ਬਹੁਤ ਦਮ ਤੇ ਮੈਨਾਂ ਤਾਂ ਵਧੀਆ ਫੇਰਦੀ ਆ ਅੱਛਾ ਠੀਕ ਆ ਜਿਹੜਾ ਇਹਨੇ ਧਪਾੜਿਆ ਨੂੰ ਸੈੱਟ ਕਰਦੇ ਹਨਾ ਉਹ ਮੈਂ ਤਾਂ ਬੰਦੀ ਆ ਪੱਲੀ ਆਹੋ ਹਨਾ ਆਉਂਦੇ ਮੱਝਾਂ ਸਾਂਭਣੀਆਂ ਕਿਹੜੀਆਂ ਖੇਲ ਪਈਆਂ ਇਹ ਬਹੁਤ ਲਉ ਪੀਂਦੀਆਂ ਇਹ ਸਾਨੂੰ ਦਾਜ 'ਚ ਮਿਲੀਆਂ ਜੀ ਸਾਡੇ ਘਰਦਿਆਂ ਨੇ ਰੱਖੀਆਂ ਕੋਈ ਕਮਾਈ ਨਹੀਂ ਕੀਤੀ ਪਸ਼ੂਆਂ 'ਚ ਕਮਾਈ ਇਸ ਟਾਈਮ ਕਿਸੇ ਜੱਟ ਨੂੰ ਕੋਈ ਨਹੀਂ ਐਵੇਂ ਆ ਸਹੀ ਟਾਈਮ ਪਾਸ ਪਰ ਕਰੀਏ ਕੀ ਕਰਨਾ ਪੈਣਾ ਰੋਟੀ ਨਹੀਂ ਖਾਣੀ ਜੇ ਨਾ ਕਰੀਏ ਤਾਂ ਫੇਰ ਕਹਿ ਦਿੰਦੇ ਆ ਵਿਹਲਾ ਫਿਰਦਾ ਸਹੀ ਗੱਲ ਤੇ ਜੇ ਕਰਦੇ ਆ ਤਾਂ ਵੀ ਲੋਕੀ ਕਹੀ ਜਾਂਦੇ ਆ ਲੋਕਾਂ ਨੂੰ ਨਹੀਂ ਜਿੱਤ ਹੁੰਦਾ ਲੋਕਾਂ ਨੇ ਤਾਂ ਸਾਡੇ ਗੁਰੂਆਂ ਪੀਰਾਂ ਗੁਰੂਆਂ ਜਿਹੜੇ ਪੀਰ ਆਪਣੇ ਗੁਰੂ ਪਵੰਗਰ ਉਹਨਾਂ ਨਾਲ ਨੇ ਬਣਾ ਕੇ ਰੱਖੀ ਕੋਈ ਨਾ ਕੋਈ ਦਸ਼ਮਣ ਹੋ ਹੀ ਜਾਂਦਾ ਹੁੰਦਾ ਵਿੱਚ ਜ਼ਿਆਦਾ ਖਿੱਚ ਕੇ ਬੰਨ ਹੋਣੀ ਹੈ ਚੱਲ ਹਵਾ ਨਾ ਆਊਗੀ ਇੰਨਾ ਤਾਂ ਲੋਕ ਹੀ ਜਾਊ ਇੰਨਾ ਸੋਹਣਾ ਪੱਲੜ ਸੀ ਪਾੜ ਕੇ ਰੱਖਤਾ ਇਹਨੇ ਆ ਚੜੇਲ ਨੇ ਉਹਨੂੰ ਗਰਮੀ ਲੱਗਦੀ ਸੀ ਏਸੀ ਚ ਕਹਿਣਗੇ ਰਹਿਣ ਵਿੱਚ ਹੀ ਇਹਨੂੰ ਬਾਹਰ ਬੰਦਿਆ ਕਰਕੇ ਚਲੋ ਅਸੀਂ ਪੱਲੜ ਬੰਨ ਲਈਏ ਤੇ ਤੁਸੀਂ ਸਾਡਾ ਚੈਨਲ ਕਰ ਲਓ ਜਾਂ ਤੇ ਸਬਸਕ੍ਰਾਈਬ ਕਰ ਲਾ ਤੂੰ ਵੀ ਤੇਰਾ ਮੈਂ ਕੱਲ ਚੈੱਕ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਕਰ ਲਾ ਮੇਰਾ ਵੀ ਚਲੋ ਜੀ ਓਕੇ ਬਾਏ ਚਲੋ ਓਕੇ ਬਾਏ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਲਾਈਕ ਤੇ ਸਾਡੇ ਬਲੌਗ ਹੁੰਦੇ ਘਰ ਵਾਲੇ ਪੇਂਡੂ ਵਾਈਫਾਈ ਨਹੀਂ ਅਸੀਂ ਜਿੱਦਾਂ ਰਹਿੰਦੇ ਹਾਈਫਾਈ ਨਹੀਂ ਵਾਈਫਾਈ ਤਾਂ ਲਵਾਇਆ ਮਤਲਬ ਜਿਹੜੇ ਮਤਲਬ ਆਪਣੇ ਨਾਰਮਲ ਹੁੰਦੇ ਘਰੇਲੂ ਕੱਲ ਅਸੀਂ ਜਾਣਾ ਆ ਵਾਂਡੇ ਪਤਾ ਨੀ ਕਿੱਥੇ ਜਾਣਾ ਕਦੋਂ ਜਾਣਾ ਆ ਤੇ ਤੁਹਾਨੂੰ ਬਲੌਗ ਚ ਦੱਸਾਂਗੇ ਵਾਂਡੇ ਜਾਣਾ ਅਸੀਂ ਵਾਂਡੇ ਚਲੋ ਠੀਕ ਆ ਜੀ ਓਕੇ ਬਾਏ ਚੈਨਲ ਕਰ ਲਓ ਸਬਸਕ੍ਰਾਈਬ